ਬਹੁਤ ਵਧੀਆ ਸੀਗਾ, ਸਾਰਿਆਂ ਦੇ ਨਾਲ ਬਹੁਤ ਪਿਆਰ ਕਰਦਾ ਸੀ, ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸੀ। ਸਕੂਲ ਵਿੱਚ ਵੀ ਬਹੁਤ ਵਧੀਆ ਸੀਗਾ ਮੇਰਾ ਪੁੱਤ। ਮੈਂ ਇੱਕ ਖਬਰ ਸੁਣੀ ਆ, ਉਸਦੇ ਖਬਰ ਦੇ ਵਿੱਚ ਸਾਰਾ ਕੁਛ ਛਾਪ ਵੀ ਦਿੱਤਾ ਕਿ ਮਿਰਗੀ ਦਾ ਦੌਰਾ ਪੈਂਦਾ ਸੀਗਾ ਅਤੇ ਬੱਚੇ ਦੀ ਇਹਦੇ ਨਾਲ ਮੌਤ ਹੋਈ ਆ। ਪੋਸਟਮਾਰਟਮ ਦੀ ਰਿਪੋਰਟ ਹਜੇ ਤੱਕ ਨਹੀਂ ਆਈ, ਉਹਨਾਂ ਨੇ ਕਿੱਦਾਂ ਛਾਪ ਦਿੱਤਾ? ਉਹਨੂੰ ਕਰੰਟ ਪਿਆ ਆ, ਉਹਨਾਂ ਦੀ ਅਣਗਿਲੀ ਆ ਵੰਡਰਲੈਂਡ ਵਾਲਿਆਂ ਦੀ। ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਦਾ, ਮੈਨੂੰ ਇਨਸਾਫ ਚਾਹੀਦਾ ਆ ਮੇਰੇ ਪੁੱਤ ਦਾ। ਖਿਡਾਰੀ ਇੰਨਾ ਵਧੀਆ ਸੀ, ਇੰਟਰਨੈਸ਼ਨਲ ਖੇਡ ਆਇਆ ਸੀ ਫੁੱਟਬਾਲ। ਅੱਛਾ, ਇੰਟਰਨੈਸ਼ਨਲ ਖੇਡ ਕੇ ਖਿਡਾਰੀ ਵੀ। ਸਾਨੂੰ ਸਭ ਘਾਟੇ ਪੂਰੇ ਕਰ ਲੈਂਦਾ ਮੈਂ, ਇਹ ਬੰਦੇ ਦਾ ਘਾਟਾ ਕਿੱਥੋਂ ਪੂਰਾ ਹੋਊ? ਅੱਜ ਦੇ ਸਮੇਂ 'ਚ ਕੋਈ ਨਹੀਂ ਫੋਨ ਲਾਉਂਦਾ। ਬਹੁਤ ਬਹੁਤ ਚੰਗਾ ਬੰਦਾ ਸੀਗਾ। ਵੰਡਰਲੈਂਡ ਜਾ ਕੇ ਉਹਨੂੰ ਹੋ ਗਿਆ ਕੁਛ, ਪਰ ਉਹ ਬੜਾ ਸੋਹਣਾ ਗਿਆ, ਕਦੇ ਬਿਮਾਰ ਵੀ ਨਹੀਂ ਹੋਇਆ ਉਹਦਾ, ਕਦੇ ਵੀ ਬਿਮਾਰ ਨਹੀਂ ਸੀ ਹੋਇਆ ਮੇਰਾ ਪੁੱਤ, ਕਦੇ ਉਹਨੂੰ ਬੁਖਾਰ ਵੀ ਨਹੀਂ ਸੀ ਹੋਇਆ। ਪਿਓਵਾਂ ਬਾਰੇ ਨਹੀਂ ਯਾਰੀ ਦੋਸਤੀ ਤੁਹਾਡੇ ਨਾਲ ਸੁਭਾਅ ਸੀ ਉਹਨਾਂ ਰੱਖਿਆ ਪਿਆ। ਡੈਡੀ ਜਾ ਰਾਜਾ ਇੱਧਰ ਨੂੰ ਯਾਰ ਹੀ ਕਹਿੰਦਾ ਸੀ ਮੈਨੂੰ ਨਾਲ। ਮੇਰੇ ਬੱਚੇ ਨੂੰ ਕਦੇ ਕੋਈ ਪ੍ਰੋਬਲਮ ਹੋਈ ਨਹੀਂ, ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਬਿਮਾਰੀ ਕੋਈ ਪ੍ਰੋਬਲਮ ਨਹੀਂ ਹੋਈ, ਉਹਦਾ ਤਾਂ ਕਦੇ ਸੈਰ ਵੀ ਨਹੀਂ ਸੀ ਦੁੱਖਿਆ, ਕਦੇ ਉਹਨੂੰ ਬੁਖਾਰ ਤੱਕ ਨਹੀਂ ਸੀ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਹੋਰ ਨਿਊਜ਼ ਇੰਡੀਆ, ਮੈਂ ਤੁਹਾਡਾ ਆਪਣਾ ਰਾਜਨ। ਸੋ ਇਸ ਟਾਈਮ ਅਸੀਂ ਪਹੁੰਚਿਆ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਇੱਕ ਵਾਕਿਆ ਵਰਤਾ ਸੀ ਵੰਡਰਲੈਂਡ ਦੇ ਵਿੱਚ ਕਿ ਇੱਕ ਮਾਸੂਮ ਬੱਚੇ ਦੀ ਜਿਹੜੀ ਉੱਥੇ ਇੱਕ ਡੈਥ ਹੋ ਚੁੱਕੀ ਸੀ, ਜਿਹੜਾ ਡੈਥ ਦਾ ਕਾਰਨ ਹਲੇ ਨਹੀਂ ਪਤਾ ਲੱਗਾ, ਜਿਹੜਾ ਡੈਥ ਦਾ ਕਾਰਨ ਸੀ ਉਹਦੇ ਪਰਿਵਾਰਕ ਮੈਂਬਰਾਂ ਦੇ ਕੋਲ ਪਹੁੰਚਿਆ, ਜਿਹੜਾ ਅੱਜ ਉਸ ਬੱਚੇ ਦਾ ਸੰਸਕਾਰ ਵੀ ਹੋ ਚੁੱਕਾ। ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹਲੇ ਤੱਕ ਨਹੀਂ ਆਈ ਹੈ, ਉਹਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਕੱਲ੍ਹ ਆਵੇਗੀ, ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਹਰੇਕ ਕੋਈ ਇੱਕ ਦੂਜੇ ਨਾਲ ਸਾਂਝਾ ਕਰਦਾ, ਕਿਉਂਕਿ ਉਹਨਾਂ ਦੇ ਘਰ ਦਾ ਇੱਕ ਚਿਰਾਗ ਸੀ ਜਿਹੜਾ ਅੱਜ ਬੁੱਝ ਚੁੱਕਾ ਆ, ਅੱਜ ਬੁੱਝ ਕੇ ਕਿਤੇ ਰੱਬ ਦੇ ਚਰਨਾਂ ਵਿੱਚ ਜਾ ਚੁੱਕਾ। ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਤੁਹਾਨੂੰ ਘਰ ਦੇ ਹਾਲਾਤ ਦਿਖਾਉਂਦੇ, ਕੀ ਹਾਲਾਤ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪੂਰੇ ਆਏ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਦੁੱਖ ਦੀ ਘੜੀ ਦੇ ਵਿੱਚ ਹੀ ਤੁਹਾਡੇ ਕੋਲ ਪਹੁੰਚੇ ਆ ਕਿ ਦੇਖੋ ਜੀ, ਬਹੁਤ ਤੁਹਾਡੇ ਉੱਪਰ ਵੱਡਾ ਭਾਣਾ ਵਾਪਰਿਆ ਆ, ਕਿ ਖੁਦਾ ਅਦਾਰਾ ਕਿਸੇ ਨਾਲ ਨਾ ਕਰੇ ਜਿਹੜਾ ਤੁਹਾਡੇ ਨਾਲ ਬੀਤੀ ਆ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਬਸ ਇੱਥੋਂ ਹੱਸਦਾ ਖੇਡਦਾ ਸਾਡੇ ਕੋਲੋਂ ਗਿਆ ਆ, ਰਾਹ ਦੇ ਵਿੱਚ ਰੁਕ ਕੇ ਇਹਨਾਂ ਨੇ ਥੋੜ੍ਹਾ ਲੰਚ ਕੀਤਾ, ਲੰਚ ਕਰਦੇ ਕਰਦੇ ਨੇ ਫੋਨ ਘਰ ਲਾਇਆ, ਘਰ ਲਾ ਕੇ ਕਹਿੰਦਾ ਮਾਂ ਨੂੰ ਵੀ ਇੱਕ ਸੈਂਡਵਿਚ ਮੈਂ ਖਾ ਲਿਆ ਆ, ਦੂਜਾ ਹਜੇ ਖਾਣ ਲੱਗਾ। ਉਸ ਟਾਈਮ ਮੈਂ ਦੁੱਧ ਲੈ ਕੇ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਲਾਂਬੜੇ ਇਹ ਹੋਟਲ ਦੇ ਉੱਤੇ ਛਕਣ ਡਿਆ ਸੀ ਆਪਣਾ ਭੋਜਨ ਪਾਣੀ, ਸੈਂਡਵਿਚ ਖਾ ਰਹੇ ਸੀ, ਉੱਥੇ ਖਾ ਰਹੇ ਸੀ। ਉਦੋਂ ਬਾਅਦ 'ਚ ਇਹ ਜਾ ਕੇ ਇਹਨਾਂ ਨੂੰ ਟਾਈਮ ਦਿੱਤਾ ਸੀ 10:30 ਦਾ, ਇਹ ਪੂਰੇ 10 ਵਜੇ ਉਹਨਾਂ ਨੂੰ ਦੱਸਦੇ ਆ ਵੀ ਅੰਦਰ ਅਸੀਂ ਵਾੜ ਦਿੱਤਾ। 10:30 ਤੋਂ ਦੇਖ ਲਓ ਵੀ ਇਹ ਪਹਿਲਾਂ ਇਹਨਾਂ ਨੇ ਬੋਟਿੰਗ ਕੀਤੀ ਆ, ਉਦੋਂ ਬਾਅਦ 'ਚ ਇਹ ਆਹ ਆਣ ਕੇ ਆ ਜਿਹੜੇ ਲੈਨ ਦੀ ਗੱਡੀ ਦੇ ਉੱਤੇ ਪੈਂਦਿਆਂ ਸਾਰ ਹੀ ਉਹ ਮੂਵੀ ਦੇ ਵਿੱਚ ਦੱਸਦਾ ਆ ਵੀ ਉੱਥੇ ਉਹ ਜ਼ੋਰ ਲਾਉਂਦਾ ਆ ਵੀ ਮੈਨੂੰ ਕੀ ਗੱਲ ਆ, ਪਰ ਉਹ ਜਿਹੜੇ ਮੂਵੀ ਬਣਾਉਣ ਡਿਆ ਉਹਨਾਂ ਨੂੰ ਵੀ ਸਮਝ ਨਹੀਂ ਆਈ ਵੀ ਇਹਨੂੰ ਹੋਇਆ ਕੀ ਆ, ਕਿਉਂਕਿ ਉਹ ਸਾਰੇ ਤਾਂ ਬੱਚੇ ਸੀ, ਮਾਸੂਮ ਸੀ, ਉਹਨਾਂ ਨੂੰ ਕੀ ਪਤਾ ਇਸ ਚੀਜ਼ ਬਾਰੇ। ਉਹ ਉਹਨਾਂ ਦੇ ਹਿਸਾਬ ਨਾਲ ਕਿ ਬੱਚਾ ਜਿਹੜਾ ਪ੍ਰੈਂਕ ਕਰ ਰਿਹਾ, ਵੀਡੀਓ ਬਣਾ ਰਿਹਾ ਕਿ ਮਜ਼ਾਕ ਹੋ ਰਿਹਾ ਆ, ਕਿ ਉਹਨਾਂ ਦੀ ਭਾਵਨਾ ਇਹ ਸੀ ਕਿ ਵੀਡੀਓ ਨੂੰ ਵਾਰ ਵਾਰ ਵੀਡੀਓ ਵਿੱਚ ਜਿੱਦਾਂ ਕਹਿ ਰਹੇ ਸੀ ਕਿ ਉੱਠ ਉੱਠ ਓਏ ਨਾ ਕਰ ਉੱਠ ਜਾ, ਉਹ ਚੀਜ਼ ਵਿਚਾਰੀ ਸੀ। ਉਹ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਦਾ ਹੱਸ ਜਿਹੜਾ ਉਹ ਕੀ ਵਾਪਰਿਆ ਸੀ, ਭਾਣਾ ਕੀ ਵਾਪਰਿਆ ਪਿਆ ਸੀ। ਉਹਨਾਂ ਬੱਚਿਆਂ ਦੇ ਭਾਵ ਦਾ ਜਿਹੜਾ ਸੀ ਇੱਕ ਵੀਡੀਓ ਬਣਾ ਰਹੇ, ਪ੍ਰੈਂਕ ਵੀਡੀਓ ਬਣਾ ਰਹੇ ਨੇ। ਬਸ ਬਸ ਇਹ ਗੱਲ ਸੱਚੀ ਆ। ਉਹ ਇਹ ਨਾਲ ਦੇ ਹੁਣ ਵੀ ਅੱਜ ਬੱਚੇ ਆਏ ਆ, ਉਹਨਾਂ ਨੇ ਇਹੀ ਦੱਸਿਆ ਵੀ ਸਾਨੂੰ ਉੱਤੇ ਰੀਣ ਵੀ ਸ਼ੱਕ ਨਹੀਂ ਹੋਇਆ ਵੀ ਇਹਨੂੰ ਹੋਇਆ ਆ ਕਿ ਜਾਂ ਮਜ਼ਾਕ ਨਾਲ ਪਿਆ। ਅਸੀਂ ਤਾਂ ਉਹਨੂੰ ਵਾਰ ਵਾਰ ਇਹ ਗੱਲਾਂ ਕਹੀਆਂ ਵੀ ਉੱਠ ਜਾ, ਹੁਣ ਬਹੁਤ ਹੋ ਗਿਆ ਆ, ਹੁਣ ਤੂੰ ਮਰਨ ਦਾ ਨਾਟਕ ਕਰਦਾ ਆ, ਬਈ ਜੇ ਭੁੱਖਾ ਹੀ ਨਾ ਮਰ ਜਾਈ, ਉੱਠ ਕੇ ਉੱਠ ਕਿੱਦਾਂ ਵੀ ਆ, ਹੁਣ ਖਾ ਪੀ ਲਈਏ ਕੁਛ।
पर चपेड़ा भी मार कुछ कुछ करते पर जो खिचिया लत्तां तों फड़ के तो उत्थे उस टाइम उहदे विच जान ही है नहीं सी। तुहानू बच्चा जिहड़ा सवेरे दस के गया सी कि मैं बंडल लैण चला आ, किन्ने वजे घरों सवेरे निकलिया? 8:30 बजे घरों निकल गया। तुहानू किद्दां तुहानू किन्ने वजे मैसेज आया बच्चे का कि बच्चे ने यह भाना वरत गया? मेरे वो जिहड़े नाल दे उहदे दोस्त सीगे उन्होंने अपनी मम्मिया दस दिता, उन्होंने मम्मी का फोन गां वो कहें पलविंदर की मम्मी न बई तुम फोन करके दस दौ किस तरह इन्हों पता लगा ये इतों पे इत होर मेरे मुंडा चाचे का या उन्होंने नाल लैके तो उत्थे पहुंचे। उत्थे जाके ही उन्हें मैनु फोन किया, मैं उदों दुध पा रहा पुलिस लाइन के बच्चे तो मैनू कहें भी जल्दी आ जा पलविंदर हो गया बीमार। मैनू ये नहीं दस्या भी उत्थे वो बिल्कुल डेड हो गया आ। मैं क्या भी मैं हुण हौली हौली जिन्ना जिनी भी जल्दी आया आया तो इतने मुड़ के घंटे के मैं उदू बाद आया तो ये अपनी जी डेड बॉडी आनू घर लिया तैयार से घर लिया तैयार से जो तो मैं देखिया मूँह भी वह रंग उड़िया नीले रंग का होया रंग उड़ा नीला पिया पिया से रंग नीला। फिर मैनू उ शक पै गया नौ भी नीले हो गए। फिर मैं क्या भी नहीं मैं घर नहीं लैके जाना। उसी टाइम लांबड़ा पुलिस नूं उत्थे बुलाया, बुला के तो फिर नाल पुलिस वाले उन्होंने दो बंदे गए सिविल हस्पताल भेज दिते ते नाल ही वो जिहड़े बच्चे आ उन्होंने भी बयान लै साडे भी बयान लै के तो वो अपने थाने आ गए। तुहाडे की बयान ले गए उन्होंने बयान विच की लिखाया गया? तुहाडे बयान च एक गल कही आ बे बच्चा 10 साल हो गया उत्थे पढ़दे नूं, वो एक बारी गर्मी नाल ला लो एक बारी बेहोश होया जरूर, होर मैं कोई ये नहीं कहा भी उन्हूं वो जदों लैके गए आ उत्थे हॉस्पिटल तो उत्थों मुड़ के उत्थे पहुँचे नहीं उदू पहला ही वो उठ के बह गया तो डॉक्टर नूं दिखा लिया। डॉक्टर कहिंदा नॉर्मल आ कोई गल नहीं तो असीं जाके पुछिया भी आ जिहड़े अपने मास्टर भैन जी उन्हां नूं पुछिया भी किद्दां ये बच्चे की की गल, वो कहिंदे कोई बीमारी नहीं उदां ही गर्मी नाल जरा ये गर्मी नाल हो जांदा गर्मी पै हाँ इदां इहनूं होया सी ते ना कोई मुड़ के उदन तो दवाई दी ना कोई हुण तक दवाई दी ना कोई अही सुनी आ 6-7 साल की गल आ ये जो चौथी च पढ़ता सी उदों दी गल है उदों दी गल आ निक्के हुंदे दी उधर बंडे ने प्रशासन वल्लों कहा जा रहा है बच्चे की जिहड़ी मौत आ उहनूं मिर्गी पई आ ते मिर्गी दे कारण जिहड़ी उहदी मौत होई आ ये आपो अपने जिद्दां हुण खियाफे आ पर सानू नहीं लगता असी तो इस गल दे नाल नहीं सहमत हाँ। इस गल जी पोस्टमार्टम की रिपोर्ट आ चुकी है साढ़े कोई नहीं आई हजे तक सानू वो पोस्टमार्टम जी रिपोर्ट आ हम मंगलवार को अं लैके आनी उही आस ला के बैठे भी सच सानू वो लभ जो संस्कार हो गया अज संस्कार हो गया संस्कार हो गया हाँ जी हाँ जी। किधर है रहना बसैना और किधर रही फ्रेंड सर्कल किधर सी किसी ना लड़ाई झगड़ा इधर कुछ दिल का इन्ना चंगा सी जिदे असी किसी ना सा बोलबाणी भी नहीं सी उन्होंने भी दूरों ही बुला लेंदा सी सत श्री अकाल मम्मी जी तो पापा जी तो है ही गई आ इधर आ गई भूआ जी आ गई फुफड़ जी आ गया तुरे जाते 20 गज से भी उतों ही उन्हें दूरों ही बीबी जी दूरों ही आवाज मार देनी आ सत श्री अकाल जरूर बुलाउणी सत श्री अकाल जरूर ही बुलाउणी हरेक बंदे नूं भावें उह पिंड दा कोई भी आ हाँ मतलब उरी रहनी सहनी मतलब सुभाव नॉर्मल बच्चा तो भी जा मतलब कह रही है कहने कार जे बंदा सी सिंसियर बच्चा सी बच्चा इन्ना कहने कार सीगा जे असी किते ना उच्ची गल भी करनी ते ओ साडे कोल आण के उदों ही उस टाइम बह जांदा सी भी तुसी आ गल्लां उच्ची नहीं करनियां उठ नहीं तां ठालियां कदे उठदा नहीं सी ते जे असी उच्ची बोलदे आ ते सानू उदों ही उठ के आप आ जांदा सी इन्ना उन्होंने फिक्र से भी तुम उच्ची भी नहीं गल करनी ताड़ी माड़ी माड़ी गल तो ताड़ी मुड़ के लड़ाई हो जाऊगी कोई मतलब कोई लड़ाई झगड़े तो बदनामी तो डरता सी कि मतलब इधर कोई क्लेम ना हो कि जिन्हें लड़ाई झगड़ा हो बदनामी हो मेरे परिवार की बदनामी हो है ना यार जी प्लैंग वीडियो बना कहते शौक बहुत सी फोटो खिचाउण का है ना ये चीज़ा कदों तो पईआं कदों तो शुरू होया रे चीज़ा का बस बहुत बचपन तो ही समझ लो बई जिदा निक्का जिहा मोबाइल लैता उदों तो ही एवं हुण जे वंडरलैंड भी गया आ उहदे कोल पहला तो जिहड़ा हुंदा परफ्यूम वह झोले च पाया आ हैडफोन जिहड़े कन्नां नूं लाउण वाले वह भी वह पिच पाए आ मतलब शकीन सी पूरे चीज़ हरेक मतलब शकीन हरेक चीज़ का पर वह चीज़ा तो चलता नहीं सी शकीन हरेक चीज़ का हाँ जी। फिर खिडारी इन्ना वधिया सी इंटरनेशनल खेड आया सी फुटबाल अच्छा इंटरनेशनल खेड क्या खिडारी भी हाँ जी बहुत वधिया खिडारी सी
इन्ना जानी ये हुण भी आ पहला मेना उन्हें आह जिदा कहना डैडी आजा पंजा लाइए हुण एक दो वारी जदों मैं हार गया मैं कहा भाई मैं हम भी हारिया हुण बंदा बजुर्ग बंदा हो गया हुण मैं कहते तेरे नौजवान दे सामने कित्थे लड़ हाँ मैं नहीं लड़ सकदा तेना तू हुण कोई होर मैं तो थकिया पिया तू कोई होर बंदा हुण लभ हुण नहीं मेरे पास मतलब पियोवां वारे नहीं जारी दोस्ती तुहाडे नाल सुभाअ सुना रख्या पिया हाँ जदों भी कितने जाना तो उनकना डैडी यार उठ चलीए जिधर नु भी डैडी यार आ जा इधर नु यार ही कहिंदा सी मैनू नाल मतलब यार बनाए पूरा मतलब दिलो प्यार सी प्यो वाला सिस्टम ही नहीं यार सी हरेक गल ढड नाल मतलब हरेक गल ढड नाल शेयर कर दई मतलब बच्चा इधर कोई है नहीं सी और ढड नाल जे कोई गल हुंदी ढड नाल दिलो ने शेयर करनी सी हां जी हां जी कोई गल हुंदी तां कोई गल ही नहीं हो सकदी जिन्ने खुश है यही आ मूवियां जी देखदे आ जाके बैठे इत्थे सेंड विच खांदे आ इन्ने खुश आ अंदर जाके जिहड़ियां मूवियां बनाईयां उहदे विच भी इन्ने बच्चे खुश आ तो वह जे वो बच्चों का भी बस एक भरा वागू ये नहीं एक आ मुंडा देखो ये कितों आया साढ़े को मोगे तो मिलने आया आ ये सिर्फ एक दोस्ती आ कितने जाके रिश्ती बनाई है यू अज दो दिन हो गए लगातार आते पहले दिन भी आया दूजी वारी अज फिर आया मतलब जारियां पक्कियां सी जारियां जिहड़ियां नवाउंदा दिलो नवाउंदा है पर अज यार छड्ड के यारां नूं चल गया छड्ड के सारयां नूं चल गया इन्ने बच्चे जिहड़े स्कूल दे पहलां भी आ चुके आ स्कूलों कुड़ियां भी आईया देख लो मुंडे भी किन्ने आए आ ते इत्थे किते उधर भी खड़े होण नूं सारे विड़े विच जगह नहीं सी टीचर भी सारा स्कूल सारा पिंड आया सी मतलब यारां दा यार सी ओ बस जी तुहानूं किदां लगदा कि जिहड़ी प्रशासन दी ना कामी इच देखदे तुसीं बंडल लैंदे किदां दीआं चीज़ां नूं तुसीं देखदे गए ये तो हुण उन्हां दी सिक्योरिटी तो होनी चाहिए आ ब जिहड़े हुण अंदर चल गए अंदर तो हुण जिम्मेवारी उन्हां दी बनदी सारी अंदर जो भी आ जिम्मेवारी वो हुण भावें जिथे कोई लगता उन्हां नूं खतरा वो उन्हां दी जिम्मेवारी आ हुण आपां पैसे देने आ पैसे दे के जद अंदर गए अंदर अपनी मौत हो जाए गैं दी ते उत्थे वो उन्हां दी जिम्मेवारी बनती ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਫਾਦਰ ਸਾਹਮਣੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਯਾਰਾਂ ਦਾ ਯਾਰ ਸੀ ਮਤਲਬ ਕਿੱਥੋਂ ਤੱਕ ਲੋਕ ਉਹਨੂੰ ਮਿਲਣ ਲਈ ਆਉਂਦੇ ਸੀ ਜੇ ਇਹਨਾਂ ਇੱਕ ਵਾਰੀ ਯਾਰੀ ਨਿਭਾਉਂਦਾ ਸੀ ਦਿਲੋਂ ਨਿਭਾਉਂਦਾ ਸੀ ਅਸੀਂ ਜਿਹੜੇ ਉੱਥੇ ਦੋਸਤ ਮੋਗੇ ਤਾਂ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵੀ ਪੁੱਛਾਂਗੇ ਉਹਦੀ ਯਾਰੀ ਕਿਸ ਤਰ੍ਹਾਂ ਦੀ ਸੀ ਅੱਜ ਦੱਸਿਆ ਗਿਆ ਉਹ ਟੀਚਰ ਤੱਕ ਸਕੂਲ ਦੇ ਬੱਚੇ ਤੋਂ ਛੋਟੇ ਤੋਂ ਲੈ ਕੇ ਵੱਡਾ ਤੱਕ ਉਹਰੇ ਅੱਜ ਇੱਥੇ ਪਹੁੰਚਿਆ ਸੰਸਕਾਰ ਦੇ ਵਿੱਚ ਹਰੇਕ ਪਿੰਡ ਦਾ ਵਾਸੀ ਪਹੁੰਚਿਆ ਕਿਉਂਕਿ ਉਹ ਬੱਚਾ ਇੰਨਾ ਸੁਭਾਅ ਦਾ ਚੰਗਾ ਸੀ ਕਿ ਹਰੇਕ ਨੂੰ ਪਿਆਰ ਨਮਸਤੇ ਸਲਾਮ ਆਦਾਬ ਕਹਿ ਕੇ ਬੁਲਾ ਕੇ ਜਾਂਦਾ ਸੀ ਜ਼ਰੂਰ ਇਹੋ ਜਿਹੇ ਬੱਚੇ ਕਿੱਥੇ ਮਿਲਦੇ ਨੇ ਇਹੋ ਜਿਹੇ ਮਾਮਾ ਨੂੰ ਪੁੱਤ ਮਿਲ ਜਾਣੇ ਨੇ ਉਹ ਕਿੱਥੋਂ ਲੱਭਾਂਗੇ ਮਾਮਾ ਦੇ ਪੁੱਤ ਦੂਜੀ ਗੱਲ ਜੇ ਦੇਖੀ ਜਾਵੇ ਤਾਂ ਫਾਦਰ ਨੇ ਜਿਸ ਤਰ੍ਹਾਂ ਸਾਨੂੰ ਦੱਸਿਆ ਕਿ ਉਹ ਇੰਟਰਨੈਸ਼ਨਲ ਖੇਡ ਗਿਆ ਫੁੱਟਬਾਲ ਦਾ ਖਿਡਾਰੀ ਵੀ ਸੀ ਯਾਰ ਖਿਡਾਰੀਆਂ ਦੇ ਉੱਪਰ ਇਹੋ ਜਿਹੇ ਜ਼ੁਲਮ ਕਿਉਂ ਹੁੰਦੇ ਨੇ ਉਹ ਖਿਡਾਰੀਆਂ ਨਾਲ ਇਹੋ ਜਿਹੀਆਂ ਚੋਟਾਂ ਕਿਉਂ ਲੱਗਦੀਆਂ ਨੇ ਅਸੀਂ ਉਹਦੇ ਦੋਸਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੋਬਿੰਦ ਜੋ ਉਸ ਬੱਚੇ ਦੇ ਦੋਸਤ ਨੇ ਗੋਬਿੰਦ ਜੋ ਮੋਗੇ ਤੋਂ ਉਹਨਾਂ ਦੇ ਸੰਸਕਾਰ ਦੇ ਵਿੱਚ ਹਾਜ਼ਰ ਹੋਏ ਨੇ ਉਹ ਯਾਰੀ ਦੀ ਮਸਾਇਲ ਕਾਮ ਕਰਦੇ ਨੇ ਯਾਰਾਂ ਦਾ ਯਾਰ ਸੀ ਉਹ ਅੱਜ ਯਾਰਾਂ ਦੇ ਯਾਰ ਨੂੰ ਛੱਡ ਕੇ ਇੱਥੇ ਚਲ ਗਿਆ ਨੇ ਯਾਰਾਂ ਦੇ ਸੰਸਕਾਰ 'ਤੇ ਜਿੱਥੇ ਕਿ ਉਹਨਾਂ ਨੇ ਇਕੱਠੇ ਇੱਕ ਦੂਜੇ ਦੇ ਵਿਆਹਾਂ ਦੇ ਵਿੱਚ ਸ਼ਾਮਿਲ ਹੋਣਾ ਸੀ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਣਾ ਸੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਸੀ ਉਹ ਅੱਜ ਯਾਰਾਂ ਦਾ ਯਾਰ ਉਹਦੇ ਸੰਸਕਾਰ ਦੇ ਵਿੱਚ ਸ਼ਾਮਿਲ ਹੋਇਆ ਉਹ ਕਿਹੋ ਜਿਹਾ ਭਾੜਾ ਵਰਤ ਗਿਆ ਰੱਬਾ ਕਿਹੋ ਜਿਹਾ ਭਾੜਾ ਵਰਤ ਗਿਆ ਉਹ ਤੁਸੀਂ ਗੋਬਿੰਦ ਜੀ ਉਹਦੀ ਯਾਰੀ 'ਤੇ ਕੀ ਮਿਸਾਲ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਿੰਨ ਤੋਂ ਚਾਰ ਸਾਲ ਹੋ ਗਏ ਆ ਸਾਡੀ ਯਾਰੀ ਨੂੰ ਅਤੇ ਉਹ ਮਤਲਬ ਕਿ ਮੇਰੇ ਔਖੇ ਟਾਈਮ 'ਚ ਮਿਲਿਆ ਸੀ ਮੈਨੂੰ ਜਦ ਮੈਂ ਥੋੜ੍ਹਾ ਬਿਮਾਰ ਸੀ ਮੈਨੂੰ ਮਿਲਿਆ ਸੀ ਕਦੇ ਸਾਡੀ ਲੜਾਈ ਨਹੀਂ ਹੋਈ ਸੀਗੀ ਅੱਜ ਤੱਕ ਅਤੇ ਉਸਦੇ ਕੋਲ ਇੱਥੇ ਆਉਣਾ ਮੈਨੂੰ ਮਤਲਬ ਕਿ ਇੰਨਾ ਜ਼ਿਆਦਾ ਵਧੀਆ ਬੰਦਾ ਮੈਨੂੰ ਬਹੁਤ ਬਾਟ ਪੈਂਦੀ ਹੈ ਡੇਢ ਘੰਟਾ ਪੈਂਦੀ ਹੈ ਅੱਜ ਤੱਕ ਲੱਗੀ ਨਹੀਂ ਮੈਨੂੰ ਮੋਗੇ ਤੋਂ ਤੁਸੀਂ ਆਏ ਤੁਹਾਡੀ ਯਾਰੀ ਕਿਸ ਤਰ੍ਹਾਂ ਪਈ ਉਹਨਾਂ ਮੇਰੀ ਦੋਸਤੀ ਇੱਦਾਂ ਪਈ ਸੀਗੀ ਮੈਂ ਥੋੜ੍ਹਾ ਟਾਈਮ ਬਿਮਾਰ ਹੋਇਆ ਤਾਂ ਮੈਂ ਔਨਲਾਈਨ ਹੋ ਗਿਆ ਸੀ ਸਿਰਫ ਅਤੇ ਬਾਹਰ ਨਹੀਂ ਔਫਲਾਈਨ ਜਾਂਦਾ ਸੀ ਤਾਂ ਔਨਲਾਈਨ ਮੈਨੂੰ ਮਿਲਿਆ ਸੀ ਸਭ ਤੋਂ ਪਹਿਲਾਂ ਤਾਂ ਅਤੇ ਔਫਲਾਈਨ ਮਿਲਿਆ ਸੀਗਾ ਅਸੀਂ ਖੇਡਦੇ ਸੀ ਆਪਸ ਦੇ ਵਿੱਚ ਔਨਲਾਈਨ ਨਹੀਂ ਔਨਲਾਈਨ ਗੇਮ ਖੇਡਦੇ ਗੇਮ ਹਾਂ ਯਾਰ ਯਾਰਾਂ ਦਾ ਯਾਰ ਔਨਲਾਈਨ ਗੇਮ ਤੋਂ ਮਿਲਿਆ ਹਾਂਜੀ ਅਤੇ ਉਦੋਂ ਨੋਰਮਲ ਦੋਸਤ ਸੀ ਪਰ ਉਸਦਾ ਸੁਭਾਅ ਹੀ ਇੱਦਾਂ ਦਾ ਸੀਗਾ ਕਿ ਆਪਣਾ ਲੱਗਣ ਲੱਗ ਜਾਂਦਾ ਸੀ ਅਤੇ ਹੌਲੀ ਹੌਲੀ ਫਿਰ ਮੈਂ ਆਉਣ ਲੱਗ ਗਿਆ ਆਉਣੇ ਦਾ ਸਾਰਾ ਘਰ ਹੀ ਇੱਦਾਂ ਦਾ ਕਿ ਜਿੱਦਾਂ ਆਪਣਾ ਘਰ ਹੋਵੇ ਇੱਥੇ ਮੈਂ ਜਿੰਨੇ ਵਾਰ ਵੀ ਇੱਥੇ ਆਇਆ ਮੈਂ ਮੁੜਿਆ ਨਹੀਂ ਮੈਂ ਇੱਥੇ ਇੱਕ ਰਾਤ ਰਹਿ ਕੇ ਗਿਆ ਉਸਦੇ ਕੋਲ ਇੱਕ ਵਾਰੀ ਵੀ ਨਹੀਂ ਆਥਣ ਨੂੰ ਗਿਆ ਹੋਵਾਂ ਅਤੇ ਉਸਨੇ ਮੈਨੂੰ ਹਰ ਰੋਜ਼ ਫੋਨ ਲਾਉਣਾ
मतलब कि जे एवरेज भी कढ़ा ना चार साल की तो हफ्ते दे विच चार दिन वह मैं फोन आता कोई काम नू फोन नहीं कोई इदा कोई चीज़ नहीं चाहिए वो फोन हाल चाल वास्ते कि तू ठीक है मैं ठीक हाँ वो रोटी खा रहा काम कर रहा वह फोन मैं लगे उन्हें कट्टना नहीं है इदा कोई नहीं है कि मैं चल मैं बाद चो कर दाना फोन लग्या लग्या वा गल करी चलो नहीं करी चलो मतलब नहीं मतलब काम नहीं कोई इदा नहीं कोई काम आता मैं तेन फोन लाया कोई काम आता मैं याद किया इदा नहीं जे ओ मन सीगा ओ याद करता सी गल्लां करदे सी हर साडा तां हर रोज दा सी अहीं तां उस दिन भी गल कीती है मैनू दो घंटे पहला फोन आया मेरे को फोन दे विच 10:12-13 के उपर मैनू गल कर रहा तो बड़ी इज्जत करता सी मैनू कहिंदा वीरे मैं वंडरलैंड आया 8 बजे दे आए बैठे हाँ 8 बजे दे आए बैठे तो खा रहे हैं तो गेट खुलूगा असी जाना वा उस तो 2 घंटे बाद मैनू फोन आंदा उसके दोस्त का मैनू इंस्टाग्राम ते लाउंदा मेरे को नंबर नहीं होना ते मैनू फोन ला के कोई गल नहीं कहिंदा मैनू सीधा ही इदां कह दिंदा कि पिंदे दे नाल इदां हो गया मैं उसका फोन कट दिना मैं क्या भी ये शरारती है पिंदा मेरे ना प्रैंक करता पर 15 मिनट बाद मैं क्या भी की पता की हो गया तो फिर उसने मेरा मतलब कि फोन नहीं चक्या उसकी अपनी हालत खराब मैं उस टाइमिंग गड्डी लैके आ गया रास्ते दे विच मैनू उसका मैसेज आया तो मैं हॉस्पिटल का नाम पूछा जो उसकी फोटो दे उन्हें मैंने फोटो पाई सी हॉस्पिटल की उसके बोर्ड तो मैं हॉस्पिटल का नाम देखा जलंधर के किसी मुंडे को फोन ला के पूछा भी हॉस्पिटल कित्थे है मैनू हॉस्पिटल के बाहर रुकन तक मैनू यकीन नहीं सी कि मैं मन सकते थे थोड़ा टाइम पहला था उत्तों मैं कह रहे हार्ट अटैक आ रहा जिहड़ा बंदा कदे बीमार तक नहीं उन्होंने हार्ट अटैक कित्थों आ जाऊगा तो उस उत्थे बैठे सारे जने पुलिस खड़ी है मैं उस दोस्त नूं पुछ रहा मैं कह भी कित्थे है साइड ते एंबूलेंस खड़ी आंटी जी बैठे पिछ मैं उसका चेहरा देख के जो उत्थे अद्धा घंटा घंटा रोया अज तक मैं कैसे किसी चीज़ लिए रोया नहीं होऊंगा तो अपने आप मतलब कि ना अपना आपा बिल्कुल खत्म हो जाता भी कंट्रोल नहीं हो पाता अपन अखों के अपने आप निकलता सब कुछ यार यहोजी किस्मत वाले मिलते हैं जो यार जाते ने अभी तो कहने भी ये ना जाता सानू सब घाटे पूरे कर लेंदा मैं ये बंदे का घाटा कितों पूरा होगा जोड़ा सानू बिना मतलब तो फोन लाता सी वो भी मतलब अज के समय च कोई नहीं फोन लाता बहुत बहुत चंगा बंदा सीगा प्रशासन को की मांग कर दे सब तो पहला तो जी एडे जो इन्ना दुख हों ना सोर पासे का ध्यान ही नहीं जाता तो वो जे बंद इस चीज़ का फायदा चक रहे हैं सब तो बड़ी गल तो बड़ा बड़ा चंगा फायदा चक्या उन्होंने कि उस दिन शाम मैं एक खबर सुनी है उसके खबर के सारा कुछ छाप भी दिता कि मिर्गी का दौरा पैंदा सीगा तो बच्चे की ये नाम मौत हुई है पोस्टमार्टम की रिपोर्ट हजे तक नहीं आई उन्होंने किदा छाप दिता हाथ ला के चेक कर लिया उन्होंने किदा किदा छापिया उन्होंने मैं इदा पता कर दो कि जो आप हम असी जाके उत्थे पुछांगे वो की कहणगे कि पोस्टमार्टम की रिपोर्ट आउंदी है तो उत्थे मीडिया ने किवें छापिया वो पोस्ट मेरे को ऑनलाइन वो वेरीफाइड पेज के उपर है जिथे लिखा है कि वंडरलैंड 15 साल का लड़का जिसकी मौत हो गई उसनू मिर्गी के दौरे पेंदे सी ते उन्हों अटैक दे नाल आ गया साढ़े कोले शरेआम वीडियो है जिन्ना टाइम उसनू शौक लगता पिया वो उत्थों खिंचया जांदा वो शरीर छड जांदा उसका फिर सिर पिछे टच हुंदा उसनू फिर शौक लगता हुण इस तो वड्डा प्रूफ की चाहिए हुण इस तो सब तो वड्डी गल तां एवें कहीए कि हुण साढ़े कोल तां इक्को छोटा जिहा प्रूफ बचिया ते तुसीं बचे होर तां कुछ है नहीं है ना असी भी ढे दिलों खड़े हैं जिथे तक साढ़े को आवाज़ चक्की जाएगी चकेंगे दिलों खड़ा जे वो मौत जिस तरह भी हुई है सच्चाई सामने लिया के रखा असी भी जिथे तक सच्चाई सूँ पता लगे सच्चाई सामने लियावे लेकिन तुम प्रशासन को की मांग कर दौ कि लोगों को की मैसेज देना चाहते हो नौजवानों को यहोजे सब तो पहली गल तो जी भी उन्होंने थोड़ा जहा उ ध्यान तो रखना चाहिए क्योंकि ये कोई छोटी घटना तो नहीं होंगी हैगी कि तुम ध्यान ही ना रखो है ना ये एक बहुत बड़ी घटना होंगी है इतने हम इन्ने
मतलब इन किन्ने घर की खुशी गई है, सातों सातों मतलब कि नहीं कंट्रोल हाले इस घर के भी है, साढ़े घर के भी है, होर घर सबन दुख लग गया। तो उन्हों की छोटी जी अनगेली उ थोड़ा जा कोई उन्होंने सिक्योरिटी गार्ड होंगे, उन्होंने थोड़ा प्रबंध होंगे, शायद बचने के चांस हो जाए, बच जाते है ना, कुछ कुछ भी हो जाता, मतलब थोड़ा जा उन्होंने ज़्यादा उस पास ध्यान दिता हों, अगे भी कहे साडा होया किसी होर का ना होर ध्यान देन जिदे करके कदे ये जा कुछ ना हो, भी बच्चा कोई भी ओहो जी गलती ना कर बैठे कि जिदे करके इन्ना वड्डा आपां घाटा पै जाए। बिल्कुल, तुसीं देखिया कि जे पिंदे गुरु गोबिंद सिंह जो जिन्हां ने सानूं दस्सिया कि जिहड़ा पिंदा यारां दा यार सिर मसाइल काम कीते, तो कुछ खुलासे भी सामने किए ने, कई उहदियां गल्लां दस्सियां ने, साडा भी मन भर हुंदा ने, यारां दा यार सी कहिंदे असीं गल यारां दा यार वार वार गल तां कह रहे ने, जदों यारी दियां मसाइलां कायम हुंदियां ने, उह मोगे तो यार इत्थे आया है, वो कहिंदा कि यार मैं किहो जिहे दुख विच इत्थे आया, मैनूं तां आउणा भी नहीं चंगा लगदा, जो मैं आता सी उतो मैं घरा जरूर रह के जाता सी, क्योंकि मेरा जाणू दिल नहीं करता जी, मेरा प्यार ही उन्हां नाल सी, इन्हां दी यारी तां दादी कि एक दूजे की ऑनलाइन नैट के उपर ऑनलाइन यारी पई सी, वह यारी ऐसी बनी कि घर तक रिश्ते जुड़ गए, एक दूजे नाल घर दे विच आउण लग पे, कि लेकिन जिहड़ा रिश्ता ज़्यादा चिर नहीं चल सकिया, वो रिश्ता थोड़े समय तक जिहड़ा इत्थे ही रुक गया। मेरे नाल पलविंदर दे माता जी मौजूद है, तो गलबात करते उन्हां नाल। मेरा नाम राजविंदर कौर है, मेरे दो बच्चे, एक मेरा बेटा पलविंदर सीगा, मैनू वंडरलैंड गया सीगा, वंडरलैंड जाके 10:30 वंडरलैंड गया आ, 11:45 मेरा बच्चा उत्थे इदां हो गया, मैनू फोन आया उहदा, उहदे दोस्तां दा फोन आया, कहिंदे कि आंटी छेती छेती आ जा, पलविंदर भी होश होया आ, कि मैं उदों ही चल गई हाँ, तो जाके हॉस्पिटल लै गए सीगे उहनू, वंडरलैंड वाले लै गए सीगे नाल, बच्चे सके जिहड़े दोस्त वो लैके गए, जब मैं गई हाँ तो पलविंदर नूं अंदर रूम च पाया सी, तां मैं लभदी फिरदी सी मेरा बेटा कित्थे आ, मेरा बेटा कित्थे आ, मैनूं नहीं सी पता वी मेरा बेटा इदां हो गया आ, जब मैनूं अंदर लैके गए तां है नहीं सी, ओह मुक गया सी, ओह तां रंग इत्थों बुल भी काले होए पए सी, कन्न भी काले होए पए सी, नौं भी काले होए सीगे, इत्थों दी गर्दन भी सारी काली होई पई सी। गल करिए परविंदर किनवी क्लास चो ते केड़े स्कूल चो पढ़दा सीगा? नौवीं क्लास 10वीं च होया सीगा, मानव सहयोग स्कूले पढ़दा सीगा, मेरा बच्चा बहुत प्यारा जिहा बच्चा सी मेरा, मैनू छड्ड के चले गया, मैं किथे जावां, मैं वंडरलैंड वाले उत्थे लैके गए आ, मेरे बच्चे नू पता नहीं करंट पिया आ, उत्थे ट्रेन दे विच लम्मा पिया मेरा बेटा, फोटो करवाउंदा सीगा, वीडियो बनाउंदा सी, बड़ा शौकीन सीगा फोटोआं वीडियो दा, मैनू नहीं पता ना कित्थे जा के करंट लग गया, तां इते लगदा आ, बाकी पता नहीं, बाकी नहीं मैनू पता की होया। वंडरलैंड वाले उत्थे गए सी ते मैनू कहिंदे सी कि असीं इहनू लै के आए आ, उदों उत्थे भी होश होया सीगा, पर ਮੈਨੂੰ ਨਹੀਂ ਪਤਾ ਵੀ ਹੋਸ਼ ਹੋਇਆ ਜਾਂ ਕਿੱਦਾਂ। ਗੱਲ ਕਰੀਏ ਉਸਦਾ ਫਰੈਂਡ ਸਰਕਲ ਕਿਸ ਤਰੀਕੇ ਦਾ ਸੀਗਾ? ਬਹੁਤ ਵਧੀਆ ਸੀਗਾ, ਸਾਰਿਆਂ ਦੇ ਨਾਲ ਬਹੁਤ ਪਿਆਰ ਕਰਦਾ ਸੀ, ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸੀ, ਸਕੂਲ ਵਿੱਚ ਵੀ ਬਹੁਤ ਵਧੀਆ ਸੀਗਾ ਮੇਰਾ ਪੁੱਤ, ਪਿੰਡ ਵਿੱਚ ਵੀ ਸਾਰੇ ਵਧੀਆ ਸੀਗਾ ਮੇਰਾ ਪੁੱਤ, ਮੈਂ ਕੀ ਕਰਾਂ ਆਪਣੇ ਪੁੱਤ ਮੈਨੂੰ, ਬਹੁਤ ਵਧੀਆ ਸੀ ਮੇਰਾ ਪੁੱਤ, ਬਹੁਤ ਵਧੀਆ ਸੀਗਾ, ਵੰਡਰਲੈਂਡ ਜਾ ਕੇ ਉਹਨੂੰ ਹੋ ਗਿਆ ਕੁਛ, ਘਰੋਂ ਬੜਾ ਸੋਹਣਾ ਗਿਆ, ਕਦੇ ਬਿਮਾਰ ਵੀ ਨਹੀਂ ਹੋਇਆ ਉਹਦਾ, ਕਦੇ ਵੀ ਬਿਮਾਰ ਨਹੀਂ ਸੀ ਹੋਇਆ ਮੇਰਾ ਪੁੱਤ, ਕਦੇ ਉਹਨੂੰ ਬੁਖਾਰ ਵੀ ਨਹੀਂ ਸੀ ਹੋਇਆ, ਕਦੇ ਬੁਖਾਰ ਵੀ ਨਹੀਂ ਸੀ ਹੋਇਆ, ਨਾ ਉਹਦਾ ਕਦੇ ਸਿਰ ਦੁਖਿਆ ਸੀ, ਨਾ ਕਦੇ ਉਹਨੂੰ ਬੁਖਾਰ ਹੋਇਆ ਸੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਪਰਿਵਾਰ ਦੇ ਵਿੱਚ ਇੱਕ ਮੈਂ ਹਾਂ, ਇੱਕ ਪਲਵਿੰਦਰ ਦੇ ਡੈਡੀ ਆ, ਇੱਕ ਦਾਦੀ ਦਾਦਾ ਆ, ਭੈਣ ਉਹਦੀ ਬਾਹਰ ਆ, ਅਸੀਂ ਨੇਕੜੀ ਪਰਿਵਾਰ ਆ, ਅਸੀਂ ਡਾਕੀ ਪਰਿਵਾਰ ਆ ਛੋਟਾ ਜਿਹਾ, ਮੇਰਾ ਇੱਥੇ ਮੇਰੇ ਕੋਲ ਮੇਰਾ ਪੁੱਤ ਇੱਕ ਕਿੱਥੇ ਸੀ, ਮੇਰੀ ਧੀ ਮੇਰੀ ਬਾਹਰ ਗਈ ਸੀ। ਤੁਹਾਨੂੰ ਕੀ ਲੱਗਦਾ ਹੈਗਾ, ਕਈਆਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਨੂੰ ਜਿੱਦਾਂ ਇੱਕ ਬਿਆਨ ਸਾਹਮਣੇ ਆਇਆ ਸੀ, ਕਿਹਾ ਜਾ ਰਿਹਾ ਸੀ ਕਿ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਆ,
मेरे बच्चे नूं कदे कोई प्रॉब्लम हुई नहीं, बचपन तो लैके हुण तक कोई बीमारी कोई प्रॉब्लम नहीं हुई। उहदा तां कदे सैर भी नहीं सी दुखिया, कदे उहनूं बुखार तक नहीं सी होया। जे असीं किते कहना पिंदे तैनूं जुकाम जां कुछ होया तां कहना मम्मा मैं दवाई नहीं खानी। असीं तां कदे उहनूं हॉस्पिटल की असीं दवाई तक लैण नहीं सी जांदे, सानूं जाण तक नहीं सी दिंदा जे माड़ा मोटा हुंदा सी कदे बीमार। पर इदां ही कदे बीमार होया जिद्दां दसदे आ सारे वी उहनूं मिर्गी पै गई। मेरे पुत नूं तां इदां दी कोई प्रॉब्लम है ही नहीं सी। तां बचपन तों लैके 15 साल दा हो गया सीगा, हुण कदे वी कुछ नहीं सी होया उहनूं, कदे वी कुछ नहीं सी होया। उत्थे जा के उहनूं कुछ होया आ, उत्थे जा के जदों उहदे विच लम्मा पिया आ ते उहदियां वीडियो बणाउंदे आ उहदे फ्रेंड, उहनूं उठाल्दे आ इदां बुलाउंदे आ। पर मेरा पुत इदां पिछे नूं लम्मा पिया आ, सारा ही काला होया पिया आ, इत्थों बल काली हो गया, उहदी गर्दन काली हो गई, गर्दन काली हो गई मेरे पुत दी। को तां बोल भी नहीं होया जदों उत्थे लम्मा पिया आ, तां इक वारी बोल भी नहीं होया। पता नहीं करंट पिया आ उत्थे, सानू तां इदे लगदा उहनूं करंट पै गया आ। जदों बच्चे उत्थे कोई भी जांदा आ उहनां नूं सिक्योरिटी गार्ड वालिआं नूं चाहीदा आ वी देखणी चाहीदी बच्चे कित्थे खेडण जांदे की करदे आ। उत्थे कोई भी है नहीं सी उस टाइम, वंडर लैंड वालिआं दी ड्यूटी बणदी आ कि सिक्योरिटी गार्ड वाले सारे चाहीदे जिथे जिथे बच्चे कुछ भी खेडदे आ, पर उत्थे कोई भी है नहीं सी उस टाइम। इन्ने पैसे लेंदे आ बच्चे इंजॉय करन जांदे आ, पर बच्चियां दे नाल इदां धोखा हुंदा। मेरे पुत नाल बहुत धोखा, साना धोखा हो गया बहुत। सानू इंसाफ दो, सानू इंसाफ दवाओ, मेरे पुत नूं इंसाफ चाहीदा आ। मेरा पुत बहुत वधिया बच्चा सीगा, मेरा बहुत बीबा पुत सीगा। ਪਤਾ ਨਹੀਂ ਉੱਥੇ ਜਾ ਕੇ ਕੀ ਹੋ ਗਿਆ ਉਹਨੂੰ, ਘਰੋਂ ਬੜਾ ਵਧੀਆ ਗਿਆ ਮੇਰੇ ਕੋਲੋਂ, ਬੜਾ ਸੋਹਣਾ ਸੀ। ਕਦੇ ਨਹੀਂ ਸੀ ਬਿਮਾਰ ਹੋਇਆ ਮੇਰਾ ਪੁੱਤ, ਕਦੇ ਵੀ ਨਹੀਂ ਸੀ ਬਿਮਾਰ ਹੋਇਆ। ਉੱਤੇ ਹੱਸਦਾ ਖੇਡਦਾ ਰਹਿੰਦਾ ਹੁੰਦਾ ਸੀ, ਮੰਮਾ ਮੰਮਾ ਡੈਡੀ ਡੈਡੀ ਕਰਦਾ ਰਹਿੰਦਾ ਸੀ। ਮੈਂ ਕਿੱਥੇ ਜਾਵਾਂ, ਮੈਂ ਕਿਹਨੂੰ ਲੱਭਾਂ ਜਾ ਕੇ, ਕਿੱਥੇ ਜਾਵਾਂ। ਹੋਸਪਿਟਲ ਜਾ ਕੇ ਵੀ ਬੜਾ ਰੌਲਾ ਪਾਇਆ, ਮੇਰੇ ਪੁੱਤ ਨੂੰ ਦੇਖ ਲਾ ਇਹਨੂੰ ਕੀ ਹੋਇਆ, ਅਸੀਂ ਹੋਰ ਕਿਤੇ ਲੈ ਜਾਈਏ ਇਹਨੂੰ। ਉਹ ਕਹਿੰਦੇ ਸੀ ਪਿੱਛੇ ਇੱਦਾਂ ਆਇਆ ਆ। ਜਦੋਂ ਹੋਸਪਿਟਲ ਲੈ ਕੇ ਗਏ ਤੁਸੀਂ ਆਪਣੇ ਬੱਚੇ ਨੂੰ, ਅਤੇ ਹੋਸਪਿਟਲ ਵਾਲਿਆਂ ਦਾ ਕੀ ਕਹਿਣਾ ਸੀਗਾ? ਹੋਸਪਿਟਲ ਵਾਲੇ ਕਹਿੰਦੇ ਸੀਗੇ ਕਿ ਪਿੱਛੋਂ ਇਹਨੂੰ ਇੱਦਾਂ ਲੈ ਕੇ ਆਏ ਇਹਦੀ ਫਰੈਂਡ, ਇੱਥੇ ਮਤਲਬ ਮੁੱਕੇ ਆਇਆ ਆ। ਮੈਂ ਕਿਹਾ ਸੀ ਇੱਦਾਂ ਕਿੱਦਾਂ ਹੋ ਸਕਦੀ ਆ ਵੀ, ਮੈਨੂੰ ਤਾਂ ਕਹਿੰਦੀ ਸੀ ਵੀ ਹੋਸ਼ ਹੋ ਗਿਆ ਆ, ਵੀ ਮੈਂ ਤਾਂ ਕਦੇ ਇੱਦਾਂ ਹੋਇਆ ਨਹੀਂ ਸੀ ਹਨਾ, ਮੈਨੂੰ ਯਕੀਨ ਨਹੀਂ ਆਉਂਦਾ ਸੀ ਜਾ ਕੇ ਵੀ ਇੱਦਾਂ ਹੋ ਸਕਦਾ। ਤੁਹਾਡੇ ਬੱਚੇ ਦੀ ਡੈਥ ਹੋਈ ਹੈ ਅਤੇ ਇਸ ਦੇ ਪਿੱਛੇ ਕਿਸ ਦੀ ਕਾਰਗੁਜ਼ਾਰੀ ਤੁਸੀਂ ਕਹੋਗੇ? ਇਹਦੇ ਵਿੱਚ ਵੰਡਰਲੈਂਡ ਵਾਲਿਆਂ ਦੀ ਅਣਗਹਿਲੀ ਆ। ਉਹਨਾਂ ਨੂੰ ਚਾਹੀਦਾ ਆ ਜਦੋਂ ਵੀ ਮਤਲਬ ਕਿਤੇ ਵੀ ਕੋਈ ਮਤਲਬ ਬੱਚੇ ਖੇਡਦੇ ਆ ਜਾਂ ਨਹਾਉਂਦੇ ਆ ਜਾਂ ਉੱਥੇ ਟ੍ਰੇਨ 'ਚ ਬੈਠਦੇ ਆ, ਉੱਥੇ ਉਹਨਾਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਆ। ਸਿਕਿਉਰਿਟੀ ਗਾਰਡ ਵਾਲਿਆਂ ਦੀ ਡਿਊਟੀ ਬਣਦੀ, ਵੰਡਰਲੈਂਡ ਵਾਲਿਆਂ ਦੀ ਬਣਦੀ ਆ। ਪਰ ਉੱਥੇ ਕੋਈ ਵੀ ਹੈ ਨਹੀਂ ਸੀ ਉਸ ਟਾਈਮ ਜਦੋਂ ਉੱਥੇ ਟ੍ਰੇਨ ਗਈ ਹੋਊਗੀ। ਉੱਥੇ ਵਿੱਚ ਕਰੰਟ ਸੀਗਾ, ਮੇਰਾ ਬੇਟਾ ਜਦੋਂ ਲੰਘੀ ਆ ਟ੍ਰੇਨ ਤਾਂ ਉੱਥੇ ਲੰਮਾ ਪੈ ਕੇ ਫੋਟੋ ਕਰਾਉਂਦਾ ਵੀਡੀਓ ਬਣਾਉਂਦਾ ਆ, ਅਤੇ ਉਹਨੂੰ ਕਰੰਟ ਲੱਗਾ ਆ ਮੇਰੇ ਬੱਚੇ ਨੂੰ। ਜਾ ਕੇ ਜਦੋਂ ਲੰਮਾ ਪੈ ਗਿਆ ਉਹਦੇ ਕੋਲ ਉੱਪਰ ਨੂੰ ਉੱਠ ਹੀ ਨਹੀਂ ਹੋਇਆ, ਉਹਨੂੰ ਉੱਠ ਨਹੀਂ ਹੋਇਆ, ਉਹਨੂੰ ਕਰੰਟ ਪਿਆ ਆ। ਉਹਨਾਂ ਦੀ ਅਣਗਹਿਲੀ ਆ ਵੰਡਰਲੈਂਡ ਵਾਲਿਆਂ ਦੀ। ਉਹਨਾਂ ਨੂੰ ਜਾ ਕੇ ਪੁੱਛੋ, ਉਹਨਾਂ ਨੂੰ ਕਹੋ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਦਾ, ਮੈਨੂੰ ਇਨਸਾਫ ਚਾਹੀਦਾ ਆ ਮੇਰੇ ਪੁੱਤ ਦਾ। ਬਿਮਾਰ ਵੀ ਨਹੀਂ ਸੀ ਹੋਇਆ, ਤਾਂ ਕਦੇ ਵੀ ਬਿਮਾਰ ਨਹੀਂ ਸੀ ਹੋਇਆ।